हाँ भी भोला शाह कि बैठा बाबा सत श्रीकाल सत श्रीकाल ओ बाबा सोडा दे गिलास किधर ले फिरदा यार डॉक्टर को गया सा तबीयत कोई ठीक नहीं रहंदे इस करके सुभाष कराने वाले को सोडा दे गिलास मैं फड़ लिया ठीक है ध्यान रखें अपना आजकल बढ़िया बीमारियां फैलिया हुई आ जड़ा इलाज होया डॉक्टर कहंदे सोडा दे गिलास नाल चको भोलिया की हो गया कल्ला ही बोली जाना यार कल्ला किथे बोली जाना अब बाबा डॉक्टर को गया सी डॉक्टर कहंदा सोडा दे गिलास नाल ले जा ਕਿਹੜਾ ਨਾਲ ਦਾ ਬਾਬਾ ਯਾਰ ਨਾਲ ਦਾ ਬਾਬਾ ਹੀ ਯਾਰ ਉਹਦੇ ਸਹੀ ਆ ਹਿਲ ਉਲਤਾ ਨਹੀਂ ਗਿਆ ਲੱਗਦਾ ਵੀ ਹਿਲ ਗਿਆ ਸੋਡੇ ਗਲਾਸ ਦਾ ਕੀ ਮਤਲਬ ਹੋਇਆ ਪਤਾ ਨਹੀਂ ਯਾਰ ਚੱਲ ਤੂੰ ਆਪਣਾ ਖਿਆਲ ਰੱਖੀ ਚੱਲਦੇ ਆ ਪਾਪਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਕੀ ਹੋ ਗਿਆ ਡਾਕਟਰ ਕੋਲ ਗਏ ਸੀ ਤੇ ਵਾਪਸੀ ਆਂਦੇ ਆਪ ਹੀ ਸੋਡਾ ਦੇ ਗਲਾਸ ਲੈ ਕੇ ਆਏ ਉਹਦੇ ਹੱਥ ਹੀ ਫੜ ਕੇ ਬੈਠੇ ਆ ਪਾਪਾ ਜੀ ਕੀ ਗੱਲ ਇਹ ਸੋਡਾ ਗਲਾਸ ਕਿਉਂ ਫੜਿਆ ਦਾ ਭਰਾਵਾ ਮੇਰੀ ਤਬੀਅਤ ਠੀਕ ਨਹੀਂ ਰਹਿੰਦੀ ਪਤਾ ਨਹੀਂ ਮੈਂ ਕਿੰਨੀ ਕੁ ਦੇਰ ਦਾ ਮਹਿਮਾਨ ਹੈਗਾ ਪਰ ਸੋਡਾ ਗਲਾਸ ਕਾਹਦੇ ਲਈ ਲਿਆ ਏ ਤੈਨੂੰ ਸੋਡੇ ਗਲਾਸ ਦੀ ਕੀ ਤਕਲੀਫ ਹੋਣ ਡਈ ਆ ਹਾਏ ਮੇਰੀ ਤਬੀਅਤ ਠੀਕ ਨਹੀਂ ਤਾਂ ਕਰਕੇ ਲੈ ਕੇ ਆ ਬਾਬਾ ਜੀ ਔਖੀ ਕਿਉਂ ਬੋਲਦੇ ਹੋ ਜਦੋਂ ਮੈਂ ਤੈਨੂੰ ਕਿਹਾ ਸੀ ਤੂੰ ਪੂਣੀਆਂ ਛੋਲੇ ਖਾਣ ਡਿਆ ਸੀ ਮੈਂ ਕਿਹਾ ਮੋਟਾ ਬਹੁਤ ਹੋ ਗਿਆ ਪੂਣੀਆਂ ਛੋਲੇ ਨਾ ਖਾ ਉਦੋਂ ਤੂੰ ਵੀ ਏਦਾਂ ਹੀ ਔਖਾ ਹੋਇਆ ਸੈਂ ਬਾਬਾ ਜੀ ਸਤਿ ਸ਼੍ਰੀ ਅਕਾਲ ਧਿਆਨ ਰੱਖਿਓ ਆਪਣਾ ਕੀ ਹੋ ਗਿਆ ਤੁਹਾਨੂੰ ਕੱਲੇ ਹੀ ਬੋਲੀ ਜਾਂਦੇ ਪਏ ਕੱਲੇ ਹੀ ਗੱਲਾਂ ਕਰੀ ਜਾਂਦੇ ਪਏ ਹੋ ਯਾਰ ਕੁਛ ਨਹੀਂ ਸਮਝ ਆਉਂਦੀ ਯਾਰ ਕੀ ਗੱਲ ਹੋ ਗਈ ਬੜੀ ਨਾ ਕਨਫਿਊਜ਼ਨ ਜੀ ਕ੍ਰੀਏਟ ਹੋਈ ਪਈ ਹੈ ਉਹ ਮੈਂ ਨਾਲ ਦੇ ਬਾਬੇ ਨਹੀਂ ਹੈਗੇ ਜਿਹੜੇ ਭੋਲੇ ਕੋ ਉਹ ਹਾਂਜੀ ਹਾਂਜੀ ਮੈਂ ਉਹਨਾਂ ਦਾ ਹਾਲ ਚਾਲ ਪੁੱਛਣ ਗਿਆ ਅੱਛਾ ਮੈਨੂੰ ਭੋਲਾ ਕਹਿੰਦਾ ਠੀਕ ਨਹੀਂ ਹੈਗੇ ਮੈਂ ਅੰਦਰ ਗਿਆ ਹਾਲ ਚਾਲ ਪੁੱਛਣ ਲਈ ਹੱਥ ਦੇ ਵਿੱਚ ਸੋਡਾ ਦੇ ਗਲਾਸ ਫੜ ਕੇ ਬੈਠੇ ਤੇ ਕੀ ਗੱਲ ਕੀ ਹੋ ਗਿਆ ਕਹਿੰਦਾ ਵੀ ਡਾਕਟਰ ਕਹਿੰਦਾ ਬਈ ਸੋਡਾ ਗਲਾਸ ਫੜੋ ਮੈਨੂੰ ਸਮਝ ਨਹੀਂ ਆਈ ਯਾਰ ਕੀ ਚੱਕਰ ਹੈ ਸੋਡੇ ਗਲਾਸ ਦੀ ਓਹੋ ਬੜੀ ਸੀਰੀਅਸ ਪ੍ਰੋਬਲਮ ਹੈ ਏਦਾਂ ਕਰਦਾ ਮੈਂ ਵੀ ਪਤਾ ਕਰਕੇ ਆਉਣਾ ਚਲਾ ਜਾ ਸੋਡੇ ਗਲਾਸ ਦਾ ਕੀ ਚੱਕਰ ਹੈ ਮੈਨੂੰ ਦੱਸੀ ਜ਼ਰੂਰ ਤੇ ਮੈਂ ਵੀ ਜਾ ਕੇ ਸੋਡਾ ਗਲਾਸ ਲਵਾਂ ਸ਼ਾਇਦ ਕੋਈ ਟੁੱਟ ਗਿਆ ਹੀ ਹੋਵੇ ਹਾਂ ਹਾਂ ਚੱਲ ਠੀਕ ਹੈ ਠੀਕ ਹੈ ਜੀ ਪੈਰੀ ਪੈਣਾ ਪਾਪਾ ਜੀ ਕੀ ਹਾਲ ਹੈ ਹਾਂ ਹਾਂ ਮੈਂ ਸੁਣਿਆ ਪਾਪਾ ਜੀ ਖਾਰਾ ਸੋਡਾ ਗਲਾਸ ਨਹੀਂ ਛੱਡਦੇ ਪਏ ਕੱਲੀ ਬੋਤਲ ਵੀ ਤਾਂ ਨਾਲ ਹੋਣੀ ਚਾਹੀਦੀ ਨਾ ਬੜਾ ਆਉਂਦਾ ਸੋਡਾ ਗਲਾਸ ਪੁੱਛਦਾ ਮੇਰਾ ਵੀ ਹਾਲ ਪੁੱਛ ਲਓ ਮਾਮਾ ਕੱਲ ਦਾ ਜਿੱਦਾਂ ਫੜਿਆ ਹੋਇਆ ਮੈਂ ਤੇ ਆਪ ਨੂੰ ਨਹੀਂ ਸਮਝ ਆਉਂਦੀ ਸੋਡਾ ਵੀ ਗਲਾਸ ਵੀ ਉਹ ਜਾ ਭਰਾਵਾ ਤੂੰ ਆਪਣੇ ਬਾਪੂ ਦਾ ਹਾਲ ਪੁੱਛ ਮੇਰਾ ਨਾ ਪੁੱਛ ਉਹ ਗੁੱਸਾ ਕਿਉਂ ਕਰਦੇ ਪਏ ਹੋ ਖਾਲੀ ਨਹੀਂ ਜਚਦਾ ਐਡੀ ਬੋਤਲ ਹੋਣੀ ਚਾਹੀਦੀ ਆ ਜਾ ਕੇ ਬੋਤਲ ਪੀ ਜਿਹੜੀ ਤੂੰ ਪੀਣੀ ਹੈ ਜਾ ਮੇਰੇ ਕੰਨ ਨਾ ਖਾ ਪਾਪਾ ਜੀ ਗੁੱਸਾ ਹੀ ਬੜਾ ਕਰਦੇ ਅਗੇ ਤਾਂ ਇਹਨਾਂ ਦਾ ਹਾਲ ਪੁੱਛਣਾ ਵੀ ਮਾੜਾ ਹੀ ਆ ਰਹਿਣ ਦੇ ਮੈਂ ਚੱਲਦਾ ਠੀਕ ਹੈ ਠੀਕ ਹੈ ਜਾ 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 ਆਪਣੇ ਬਾਪੂ ਦਾ ਪੁੱਛ ਜਾ ਕੇ ਹਾ ਉਹਨੇ ਤਾਂ ਦਿਮਾਗ ਖਰਾਬ ਕਰ ਦਿੱਤਾ ਪਾਪਾ ਜੀ ਨੇ ਪਤਾ ਨਹੀਂ ਕੀ ਗੱਲ ਹੈ ਓਹੋ ਸਤਿ ਸ਼੍ਰੀ ਅਕਾਲ ਜੀ ਸੁਣਾਓ ਕੀ ਹਾਲ ਹੈ ਉਹ ਕੱਲਾ ਹੀ ਬੋਲੀ ਜਾਂਦਾ ਸ਼ਦਾਈਆਂ ਵਾਂਗੂ ਪਾਪਾ ਜੀ ਨੇ ਆਪਣੇ ਗੁਆਂਢੀ ਹਾਂ ਉਹਨਾਂ ਦੀ ਤਬੀਅਤ ਖਰਾਬ ਹੈ ਮੈਂ ਪੁੱਛਣ ਗਿਆ ਸੀ ਉਹ ਹੱਥ 'ਚ ਗਲਾਸ ਤੇ ਸੋਡਾ ਫੜਿਆ ਹੋਇਆ ਉਹਨਾਂ ਨੇ ਗਲਾਸ ਤੇ ਸੋਡਾ ਹਾਂਜੀ ਗੱਲ ਸਮਝ ਨਹੀਂ ਆਈ ਉਹੀ ਪਤਾ ਲੱਗ ਗਿਆ ਕੀ ਗੱਲ ਹੋ ਗਈ ਪਾਪਾ ਜੀ ਨੂੰ ਮੈਂ ਕੀ ਦੱਸਾਂ ਕੱਲ੍ਹ ਡਾਕਟਰ ਕੋਲ ਗਏ ਆ ਡਾਕਟਰ ਨੇ ਇਹਨਾਂ ਨੂੰ ਪਤਾ ਨਹੀਂ ਐਸਾ ਕੀ ਕਹਿਤਾ ਬਾਹਰ ਆ ਕੇ ਦਵਾਈ ਨਹੀਂ ਲਈ ਸੋਡਾ ਦੇ ਗਲਾਸ ਲੈ ਕੇ ਆਏ ਉਦੋਂ ਤਾਂ ਛੱਡਦੇ ਹੀ ਨਹੀਂ ਪਏ ਕੋਲ ਰੱਖ ਕੇ ਬੈਠੇ ਆ ਸਾਨੂੰ ਦੱਸੋ ਤੁਸੀਂ ਸਾਰਾ ਮੁਹੱਲਾ ਪਰੇਸ਼ਾਨ ਹੋਇਆ ਪਿਆ ਕਿ ਪਾਪਾ ਜੀ ਸੋਡਾ ਦੇ ਗਲਾਸ ਫੜ ਕੇ ਬੈਠੇ ਨੇ ਉਹ ਲੇਟੇ ਹੋਏ ਨੇ ਬਿਮਾਰ ਨੇ ਚੱਕਰ ਕੀ ਹੈ ਸੋਡਾ ਤੇ ਗਲਾਸ ਫੜ ਕੇ ਨਹੀਂ ਬੈਠਾ ਸੋਡੇ ਤੇ ਗਲਾਸ ਨੂੰ ਘੁੱਟ ਕੇ ਫੜਿਆ ਹੋਇਆ ਹੈ ਕਹਿੰਦੇ ਨਾਲ ਕੋਈ ਜਾਣਾ ਨਹੀਂ ਮੈਂ ਇਸ ਕਰਕੇ ਘੁੱਟ ਕੇ ਫੜਿਆ ਇਹਨੂੰ ਨਾਲ ਹੀ ਲੈ ਕੇ ਜਾਣਾ ਸੋਡਾ ਗਲਾਸ ਨਾਲ ਲੈ ਕੇ ਜਾਣਾ ਬੋਤਲ ਕਿਉਂ ਨਹੀਂ ਬੋਤਲ ਕੀ ਕਰਨੀ ਲਿਜਾ ਕੇ ਜਿੱਥੇ ਪੰਜਾਬ 'ਚ ਹਰ ਨੁੱਕਰ ਤੇ ਠੇਕੇ 'ਚੋਂ ਬੋਤਲ ਮਿਲ ਜਾਂਦੀ ਉੱਥੇ ਵੀ ਮਿਲ ਜਾਂਦੀ ਹੋਣੀ ਹੈ ਫਿਰ ਸੋਡਾ ਗਲਾਸ ਕਿਉਂ ਜਿੱਥੇ ਕਈ ਵਾਰੀ ਸੋਡਾ ਦੇ ਗਲਾਸ ਨਹੀਂ ਲੱਭਦਾ ਹੁੰਦਾ ਜੇ ਉੱਥੇ ਜਾ ਕੇ ਨਾ ਲੱਭਿਆ ਤਾਂ ਮੈਂ ਪੀਵਾਂਗਾ ਕਿੱਦਾਂ ਇਸ ਕਰਕੇ ਮੈਂ ਕਿਹਾ ਨਾਲ ਹੀ ਲੈ ਜਾਵਾਂ ਹੈਂ